ਤਾਲ ਸਿਕਸਨ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਜਿੱਤੇ ਹੋਏ ਆਪਰੇਸ਼ਨ ਬਲੂ ਸਟਾਰ ਸ਼੍ਰੀ ਅਕਾਲ ਤਖਬਾਦ ਜੀ ਨੂੰ ਢਾਉਣਾ ਔਰ ਹਜ਼ਾਰਾਂ ਸਿੱਖਾਂ ਤੇ ਗੋਲੀਆਂ ਚਲਾ ਕੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕਰਕੇ ਬੰਬਾਂ ਦੇ ਨਾਲ ਉੜਾ ਕੇ ਸਿੱਖਾਂ ਦੇ ਇਸ ਆਸਥਾ ਦੇ ਕੇਂਦਰ ਨੂੰ ਮਨੁੱਖਤਾ ਦੇ ਘਰ ਨੂੰ ਸ਼੍ਰੀ ਅਕਾਲ ਤਖਬਾਦ ਜੀ ਨੂੰ ਨਿਸ਼ਾਨਾ ਬਣਾਇਆ ਗਿਆ ਉਹਦੇ ਰੋਸ ਵਜੋਂ ਜਬੈ ਬਣ ਲੱਗਿਓ ਤਾਂ ਬੈ ਰੋਸ ਜਾਗਿਓ ਤੇ ਇੰਦਰਾ ਗਾਂਧੀ ਦਾ ਕਤਲ ਹੁੰਦਾ ਔਰ ਤਤਕਾਲੀ ਪ੍ਰਧਾਨ ਮੰਤਰੀ ਜੋ ਬਣਦਾ ਹੈ ਰਜੀਵ ਗਾਂਧੀ ਉਹ ਕਹਿੰਦਾ ਇੱਕ ਜਾਂ ਬڑا ਪੇੜ गिरता ਹੈ ਤੁਹਰਤੀ ਹਿਲਤੀ ਹੈ ਔਰ ਦੇਸ਼ ਦੇ 110 ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਸ਼ਰਿਆਮ ਕਤਲयाम ਕੀਤਾ ਜਾਂਦਾ ਹੈ ਹਜ਼ਾਰਾਂ ਸਿੱਖਾਂ ਦਾ ਕਤਲ ਹੁੰਦਾ ਜਿਨ੍ਹਾਂ ਨੂੰ ਖੀਦੇ ਕਾਲ ਤਖਸੈਬ ਤੋਂ ਸਿੱਖ ਨਸਲ ਕੁਸ਼ੀ ਦਾ ਦਿਨ ਕਰਕੇ ਵੀ ਅੱਜ ਜਾਣਿਆ ਜਾਂਦਾ ਹੈ ਅੱਜ ਤਫਾਕਤ ਦੇ ਨਾਲ ਬੰਦੀ ਛੋੜ ਦਿਵਸ ਵੀ ਹੈ ਔਰ ਅੱਜ ਸਿੱਖ ਨਸਲ ਖੁਸ਼ੀ ਦਿਵਸ ਵੀ ਹੈ। ਔਰ ਬੜੇ ਸ਼ਰਦਾ ਦੇ ਨਾਲ ਸੰਗਤ ਬੰਦੀ ਛੋੜ ਦਿਹਾੜੇ ਨੂੰ ਮਨਾਉਂਦੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਆਦੇਸ਼ ਕੀਤਾ ਗਿਆ ਹੈ ਕਿ ਬੰਦੀ ਛੋੜ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਉਹਦੇ ਦੀਵੇ ਬਾਲ ਕੇ ਜੇ ਸਤਗੁਰਾਂ ਦੀ ਜਿਹੜੀ ਆਮਦ ਦੀ ਖੁਸ਼ੀ ਹੈ ਉਹ ਸੰਗਤ ਕਰੇ, ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਬਾਣੀ ਪੜ੍ਹੇ ਔਰ ਜਿਹੜਾ ਅੱਜ ਸਿੱਖ ਨਸਲ ਖੁਸ਼ੀ ਦਿਹਾੜਾ ਹੈ ਜਿਹੜਾ ਇਹ ਦਿਨ ਹੈ ਇਸ ਦਿਨ ਤੇ ਕੋਈ ਸਜਾਵਟਾਂ ਨਾ ਕਰੇ, ਕੋਈ ਮਠਿਆਈਆਂ ਦੀ ਅਦਾਨ ਪ੍ਰਦਾਨ ਨਾ ਕਰੇ। ਕੋਈ ਬਜਲੇ ਲਾਈਟਾਂ ਲਾ ਕੇ ਆਪਣੇ ਘਰਾਂ ਕਾਰੋਬਾਰ ਅਦਾਰਿਆਂ ਦੇ ਉੱਤੇ ਜਿਹੜੀ ਸਜਾਵਟ ਹੈ ਉਹ ਸਿੱਖ ਸੰਗਤਾਂ ਨਾ ਕਰਨ ਤਾਂ ਕਿ ਆਪਾਂ ਉਹਨਾਂ ਹਜ਼ਾਰਾਂ ਸਿੱਖਾਂ ਨੂੰ ਜੋ ਸਿੱਖ ਹੋਣ ਕਰਕੇ ਕਤਲ ਕੀਤੇ ਗਏ ਨਸਰ ਕੁਸ਼ੀ ਕੀਤੀ ਗਈ ਐਸੀ ਉਹਨਾਂ ਨੂੰ ਬਿਸ਼ਰਦਾ ਅਤੇ ਸਤਕਾਰ ਭੇਟ ਕਰ ਸਕੀਏ ਔਰ ਉਸ ਹਕੂਮਤ ਦੇ ਮੂੰਹ ਤੇ ਉਸ ਪਾਰਟੀ ਦੇ ਮੂੰਹ ਤੇ ਇੱਕ ਸਿੱਖ ਕਮ ਐਸੀ ਕਰਾਰੀ ਚਪੇੜ ਮਾਰੇ ਕਿ ਉਹਨਾਂ ਨੂੰ ਉਹ ਜਿਹੜੇ ਕੀਤੇ ਕੀਤਾ ਹੋਇਆ ਜਿਹੜਾ ਗੁਨਾਹ ਹੈ ਉਹ ਯਾਦ ਆਵੇ ਕਿ ਕਿਵੇਂ ਇੱਕ ਕੌਮ ਦੇ ਕੌਮੀ ਘਰ ਉੱਤੇ ਆਸਥਾ ਦੇ ਕੇਂਦਰ ਉੱਤੇ ਹਮਲਾ ਕਰਕੇ ਤੇ ਜੋ ਉਹਨਾਂ ਨੇ ਇੱਥੋਂ ਦੀ ਵੀ ਅਦਬੀ ਕੀਤੀ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੱਕ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਅਹਿਸਾਸ ਹੈ ਉਹ ਜ਼ਰੂਰ ਹੋਣਾ ਚਾਹੀਦਾ ਗੁਰੂ ਘਰਾਂ ਦੇ ਵਿੱਚ ਵੀ ਕੋਈ ਲਾਈਟਿੰਗ ਜਾਂ ਅਤੀਸ਼ਵਾਦੀ ਜਿਹੜੀ ਬਿਲਕੁਲ ਸਾਰਿਆਂ ਵਾਸਤੇ ਕੀਤਾ ਹੋਇਆ ਹੈ ਕਿ ਅਤੀਸ਼ਵਾਦੀ ਨਾ ਕੀਤੀ ਜਾਏ ਲਾਈਟਿੰਗ ਨਾ ਕੀਤੀ ਜਾਏ ਕੇਵਲ ਹਰਮੰਦਰ ਸਾਹਿਬ ਔਰ ਸ੍ਰੀ ਦੇਕਾਲ ਤਖਤ ਸਾਹਿਬ ਤੇ ਹੀ ਬਜਲਾਈ ਲਾਈਟ ਜਿਹੜੀ ਹੈ ਉਹ ਲਾਈ ਜਾਊਗੀ ਬਾਕੀ ਸਾਰੇ ਕੰਪਲੈਕਸ ਦੇ ਵਿੱਚ ਜਿਹੜੀਆਂ ਸਜਾਵਟੀ ਲਾਈਟਾਂ ਨੇ ਉਹਨੇ ਜਗਾਈਆਂ ਜਾਣਗੀਆਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਈ ਨੇ ਗੱਲ ਚੰਗਾ ਹੈ